ਸੀ ਪਾਣੀ ਦੀਆਂ ਬੰਨਾਂ ਦੀ ਪਾਣੀ ਦੀਆਂ ਬੰਨਾਂ ਅਗਰ ਤੁਸੀਂ ਦੇਖੋ ਤਾਂ ਜਾ ਬਜਾ ਤੁਹਾਨੂੰ ਖਿੱਤਾ ਪਠਵਾਰ ਦੇ ਅੰਦਰ ਹੈ ਕਲਚਰ ਫੈਲਿਆ ਹੋਇਆ ਨਜ਼ਰ ਆਏਗਾ ਪੰਜਾਬੀ ਕਮਿਊਨਿਟੀ ਨੇ ਕਿੰਨੀਆਂ ਕਿੰਨੀਆਂ ਸੋਹਣੀਆਂ ਇਹ ਬੰਨਾਂ ਜਿਹੜੀਆਂ ਸਨ ਪਬਲੀਕੇਸ਼ਨ ਵਾਸਤੇ ਲੋਕਾਂ ਵਾਸਤੇ ਆਮ ਲੋਕ ਜਿਹੜੇ ਕਿ ਆਪਣੇ ਘਰਾਂ ਦੇ ਵਿੱਚ ਖੂਹ ਅਫੋਰਡ ਨਹੀਂ ਸੀ ਕਰ ਸਕਦੇ ਜਾਂ ਆਪਣੇ ਘਰਾਂ ਦੇ ਵਿੱਚ ਉਸ ਵੇਲੇ ਪਾਣੀ ਦਾ ਕੋਈ ਇਸਤੇਮਾਲ ਜਿਹੜਾ ਸੀ ਉਹ ਨਹੀਂ ਸੀ ਕਰ ਸਕਦੇ ਆਜ਼ਾਦੀ ਨਾਲ ਅਤੇ ਉਹ ਲੋਕ ਇੱਥੇ ਆ ਕੇ ਆਪਣਾ ਸਾਰਾ ਘਰ ਦਾ ਕੰਮ ਜਿਹੜਾ ਸੀ ਉਹ ਇਸ ਜਗ੍ਹਾ 'ਤੇ ਕਰਦੇ ਹੁੰਦੇ ਸਨ ਔਰ ਮੈਂ ਪਹੁੰਚ ਗਿਆ ਵਾਂ ਪਿੰਡ ਹਰਨਾਲ ਦੇ ਵਿੱਚ ਜਿੱਥੇ ਦੀ ਇੱਕ ਬਹੁਤ ਵੱਡੀ ਹਸਤੀ ਗੁਜ਼ਰੀ ਹੈ ਜਿਹਨੇ ਕਿ ਪੰਜਾਬ ਦੀ ਹਿਸਟਰੀ ਫੜ ਕੇ ਚੇਂਜ ਕਰ ਦਿੱਤੀ ਜਿਹਨੇ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਐਸਾ ਪੰਨਾ ਖੋਲ੍ਹਿਆ ਕੁਛ ਲੋਕ ਤਾਂ ਖੁਸ਼ ਨੇ ਔਰ ਕੁਛ ਲੋਕ ਜਿਹੜੇ ਨੇ ਉਹਨਾਂ ਨੂੰ ਚੰਗੇ ਲਫ਼ਜ਼ਾਂ ਨਾਲ ਯਾਦ ਨਹੀਂ ਕਰਦੇ ਜੀ ਹਾਂ ਮੈਂ ਮਾਸਟਰ ਤਾਰਾ ਸਿੰਘ ਜੀ ਦੀ ਗੱਲ ਕਰ ਰਿਹਾ ਹਾਂ ਜਿਨ੍ਹਾਂ ਦਾ ਜਨਮ ਜਿਹੜਾ ਸੀ ਉਹ ਇਸੇ ਇਲਾਕੇ ਦੇ ਵਿੱਚ ਹੋਇਆ ਔਰ ਇੱਥੋਂ ਜਿਹੜਾ ਉਹ ਉੱਠੇ ਔਰ ਇਹਨਾਂ ਨੇ ਖਾਲਸਾ ਪੰਥ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਦਾ ਇਲਹਾਕ ਜਿਹੜਾ ਹੈ ਜਾਂ ਆਪਣੇ ਆਪ ਨੂੰ ਜੁਆਇਨ ਕਰੋ ਇੰਡੀਆ ਦੇ ਨਾਲ ਔਰ ਇਸ ਤਰ੍ਹਾਂ ਕਰਕੇ ਪਹਿਲੀ ਪੰਜਾਬ ਦੀ ਵੰਡ ਜਿਹੜੀ ਹੈ ਦੋ ਟੋਟਿਆਂ ਦੇ ਵਿੱਚ ਹੁੰਦੀ ਹੈ ਜਿਹਨੂੰ ਕਿ ਈਸਟ ਔਰ ਵੈਸਟ ਪੰਜਾਬ ਕਿਹਾ ਜਾਂਦਾ ਸੀ ਇਹ ਉਸ ਪਿੰਡ ਦੀ ਬਹੁਤ ਵੱਡੀ ਨਿਸ਼ਾਨੀ ਹੈ ਜਿਹਨੂੰ ਕਿ ਮੈਂ ਅਕਸਰ ਆ ਕੇ ਦੇਖਣਾ ਵਾਂ ਅਤੇ ਮੇਰੀ ਅੱਖੀਆਂ ਦੇ ਵਿੱਚ ਹੰਝੂ ਆ ਜਾਂਦੇ ਨੇ ਪੰਜਾਬ ਦੀ ਵੰਡ ਨੂੰ ਲੈ ਕੇ ਪੰਜਾਬ ਕਿਸ ਤਰੀਕੇ ਨਾਲ ਦੋ ਟੋਟੇ ਹੁੰਦਾ ਉਹ ਸਾਰੀਆਂ ਤਹਿਰੀਕਾਂ ਜਿਹੜੀਆਂ ਨੇ ਉਹ ਇਸ ਜਗ੍ਹਾ ਤੋਂ ਉੱਠਦੀਆਂ ਨੇ ਸੋਹਣੀ ਪਾਣੀ ਦੀ ਬੰਨ ਜਾਂ ਪਾਣੀ ਦਾ ਰੈਜ਼ਰਵਾਇਰ ਜਿਹੜਾ ਹੈ ਜਾਣ ਵਾਲੇ ਲੋਕਾਂ ਦੀ ਬਹੁਤ ਸੋਹਣੀ ਇੱਕ ਯਾਦ ਹੈ ਜਿਹਨੂੰ ਕਿ ਅਸੀਂ ਲੋਕ ਅੱਜ ਵੀ ਇੱਥੇ ਯਾਦ ਕਰਦੇ ਹਾਂ ਕਿ ਜਿਹੜੇ ਜਾਣ ਵਾਲੇ ਪੰਜਾਬੀ ਲੋਕ ਸੀ ਉਹ ਕਿੱਡੀ ਸੋਹਣੀ ਸੇਵਾ ਕਰਦੇ ਜਦੋਂ ਮੇਰਾ ਪੰਜਾਬ ਵੰਡਿਆ ਨਹੀਂ ਸੀ ਗਿਆ ਵਿਰਸੇ ਨੂੰ ਜਿਹਨੂੰ ਕਿ ਲੈ ਕੇ ਮੈਂ ਅੱਜ ਹਾਜ਼ਰ ਹੋਇਆ ਵਾਂ ਪੰਜਾਬ ਹੈਰੀਟੇਜ ਦਾਸਤਾਨ ਕਿਉਂਕਿ ਬਹੁਤ ਜ਼ਿਆਦਾ ਸਾਰੇ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਵੈਲਿਊਜ ਔਰ ਇਹਨਾਂ ਦੀ ਅਹਿਮੀਅਤ ਦਾ ਨਹੀਂ ਪਤਾ ਕਿ ਇਹ ਰੂਟਸ ਜਿਹੜੀਆਂ ਇੰਨੀਆਂ ਗਹਿਰੀਆਂ ਨੇ ਇਹਨਾਂ ਰੂਟਸ ਨੂੰ ਜਾਂ ਇਹਨਾਂ ਜੜ੍ਹਾਂ ਨੂੰ ਜ਼ਮੀਨ ਵਿੱਚ ਜਾਣ ਵਾਸਤੇ ਸਦੀਆਂ ਲੱਗੀਆਂ ਨੇ ਔਰ ਇਹਨਾਂ ਨੇ ਸਦੀਆਂ ਦਾ ਸਫ਼ਰ ਤੈਅ ਕੀਤਾ ਉਹ ਕੌਣ ਮਹਾਨ ਲੋਕ ਸਨ ਜਿਨ੍ਹਾਂ ਨੇ ਇਹਨਾਂ ਦੀ ਸੇਵਾ ਕੀਤੀ ਔਰ ਇਹਨਾਂ ਨੂੰ ਉਗਾਇਆ ਅੱਜ ਇਹ ਚੀਜ਼ਾਂ ਹੈ ਤਾਂ ਉੱਥੇ ਹੀ ਨੇ ਲੇਕਿਨ ਜ਼ਮਾਨੇ ਦੀ ਸਿਤਮ ਜ਼ਰੀਫੀ ਦੇਖੋ ਕਿ ਲਾਂਦਾ ਕੌਣ ਹੈ ਔਰ ਛਾਵੇਂ ਕੌਣ ਬੈਠਾ ਹੈ ਬੀਂਗੇ ਪੰਜਾਬੀ ਬੀਂਗੇ ਹੈਰੀਟੇਜ
ਅੱਖੀ ਤਕਲੀਫ ਹੁੰਦੀ ਹੈ ਕਈ ਵਾਰੀ ਇਹ ਸਭ ਕੁਛ ਦੇਖ ਕੇ, ਲੇਕਿਨ ਇਹਨਾਂ ਬੰਨਾਂ ਨੂੰ ਬਣਾਉਣ ਵਾਸਤੇ ਖਾਲਿਸਤਾਨ ਸਟਰੋਂਗ ਪੱਥਰ ਜਿਹੜਾ ਸੀ ਉਹ ਯੂਜ਼ ਕੀਤਾ ਜਾਂਦਾ ਸੀ। ਘੱਟੋ ਘੱਟ ਇੱਕ ਬੰਨ ਵਿੱਚ ਲੱਥਣ ਵਾਸਤੇ 4 ਤੋਂ 6 ਪੌੜੀਆਂ ਜਿਹੜੀਆਂ ਨੇ ਉਸ ਵੇਲੇ ਇਸਤੇਮਾਲ ਕੀਤੀਆਂ ਜਾਂਦੀਆਂ ਸੀ। ਇਹ ਖਿੱਤਾ ਪਟਵਾਰ ਦਾ ਲੋਕਲ ਪੱਥਰ ਹੈ ਕਿ ਜਿਹਨੂੰ ਕੜਵਾਂ ਪੱਥਰ ਕਿਹਾ ਜਾਂਦਾ, ਉਹ ਪੱਥਰ ਦੇ ਨਾਲ ਜਿਹੜੀ ਹੈ ਇਹਨਾਂ ਦੀ ਸੇਵਾ ਕੀਤੀ ਜਾਂਦੀ ਸੀ। ਪੂਰੇ ਤੁਸੀਂ ਪਿੰਡ ਵਿੱਚ ਚਲੇ ਜਾਓ, ਤੁਹਾਨੂੰ ਇੱਕ ਵੀ ਘਰ ਜਿਹੜਾ ਕੜਵੇਂ ਪੱਥਰ ਦਾ ਨਹੀਂ ਮਿਲੇਗਾ। ਲੇਕਿਨ ਪਬਲੀਕੇਸ਼ਨ ਵਾਸਤੇ ਤੁਸੀਂ ਦੇਖੋ ਅਤੇ ਕਿਸ ਤਰੀਕੇ ਨਾਲ ਚੁਣ ਚੁਣ ਕੇ ਪੱਥਰ ਜਿਹੜਾ ਉਹ ਲਾਇਆ ਗਿਆ। ਇਹ ਮੇਰਾ ਅਸਲੀ ਪੰਜਾਬ ਦਾ ਹੈਰੀਟੇਜ ਜਿਹੜਾ ਕਿ ਆਸਤਾ ਆਸਤਾ ਖਤਮ ਹੁੰਦਾ ਜਾ ਰਿਹਾ ਹੈ। ਲੋੜ ਹੈ ਇਸ ਚੀਜ਼ ਨੂੰ ਸਾਂਭਣ ਦੀ, ਲੋੜ ਹੈ ਅੱਜ ਇਹਨਾਂ ਬੰਨਾਂ ਬੋੜਾਂ ਔਰ ਇਸ ਹੈਰੀਟੇਜ ਨੂੰ ਸੰਭਾਲਣ ਦੀ।